Hello, I am going to Nankana Sahib. Spring to the bar, come up here. Spring at the wall in here. बाबा जी मोरखुंडा एचडी XX171 गड्डी को नोट कर रहे हैं हम, इसका पीछा कर रहे हैं और टोयोटा यारिस आताना काइलाने खाना है यार। टोयोटा यारिस दो मिनट है जब आप मंडी होए थे हैं कोता तेल पुआया कल उन्हें कौन ही होने ना टुना आओ जी हिम्मत से मार के आई देख किला ही जान्दी
खिंच के रख सु थोड़ी जी। उतरिए मैंने पहले ही पता सी बस मजबूरी मैनू उतरना पैना खिच 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 बोल कर टुरना कल मैं भी बड़ा खपया थले ला दे मैनू थले ला दे एक मिनट हर बस डेढ़ सौ तेल पूरे अन्न खाने हो गया है गड्डी जिस तेल पवाया ना गड्डी चौक ते गर्म हुई है गई चौक ते आ दो तीन किलोमीटर चौक ते गई है चौक तो बगैर गई नहीं फिर उन्हें चौक थले की ता या नहीं जानी इतना खड़े ना डॉक्टर ने चाह पाना टैंकी इन अद्धी करवाने इन्हें इवें नहीं कम देना बंद नहीं ना करना पूरी घंटे की करनी है तू अगर लगा ये तेरा काम हो रहा है या नहीं हो रहा फील्ड में ला मैं थे जानी है मशीन हां चल पाद 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 हेलो जी आई एम गोइंग टू ननकाना साहब तो गवा लेने ये है ननकाना मोरखुंडा बाबा जी मोरखुंडा XXI गड्डी को नोट कर रहे हैं हम इसका पीछा कर रहे हैं और टोयोटा यारिस टोयोटा यारिस दो मिनट आप मंडी इतने आए हैं खोता होया
ਆਪਣਾ ਤੇਲ ਮੈਂ ਤੇਲ ਦੇ ਜ਼ਹਿਰ ਦੀ ਖੁਰਜੀ ਹੈ ਪਾਏ ਨੇ ਜ਼ਹਿਰ ਦੀ ਆਹੋ ਉਹਨੂੰ ਪਤਾ ਕੋਈ ਹੈਗਾ ਅੱਛਾ ਉਹ ਘਰ ਕੋਈ ਸ਼ਾਇਦ ਲੈਣ ਗਿਆ ਸੀ ਅਤੇ ਮੈਂ ਉਹਦੀ ਖੁਰਜੀ ਦੇ ਤੇਲ ਤੇਲ ਪਾ ਦਿੱਤੇ ਹੋਰ ਉੱਥੋਂ ਲੈ ਲਵਾਂਗੇ ਇੱਥੇ ਮੁੱਕਿਆ ਯਾਰ ਡੇਢ ਸੌ ਦਾ ਤੇਲ ਉਹ ਚੋਰਾਂ ਕੋਲ ਤੇਲ ਪਵਾਇਆ ਕੱਲ ਉਹਨੇ ਕੋਈ ਹੁਣ ਇੰਨਾ ਟੁਰਨਾ ਆਓ ਜੀ ਹਿੰਮਤ ਮਰ ਕੇ ਇਹ ਇੱਕ ਕਿੱਲਾ ਹੀ ਜਾਂਦੀ ਖਿੱਚ ਕੇ ਰੱਖ ਸੁ ਥੋੜ੍ਹੀ ਜਿਹੀ ਪਹਿਲਾਂ ਹੀ ਪਤਾ ਸੀ ਬਸ ਮਜਬੂਰੀ ਉੱਥੇ ਵੱਧ ਰਹੇ ਮੈਨੂੰ ਉਤਰਨਾ ਪੈਣਾ ਖਿੱਚ 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 ਬੋਲ ਕਰ ਕਰੂੰਗਾ ਇਹਨੇ ਨਹੀਂ ਟੁਰਨਾ ਕੱਲ੍ਹ ਮੈਂ ਵੀ ਬੜਾ ਖਪਿਆ ਥੱਲੇ ਲਾ ਦੇ ਮੈਨੂੰ ਖਲੋਇਆ ਥੱਲੇ ਲਾ ਦੇ ਇੱਕ ਮਿੰਟ ਠਹਿਰ ਅਸੀਂ ਡੇਢ ਸੌ ਤੇਲ ਕੁੜੇ ਉਹਨਾਂ ਨੂੰ ਖਾਣੇ ਹੋ ਕੇ ਆਏ ਗੱਡੀ ਹੈ ਕਿਸੇ ਤੇਲ ਪਵਾਇਆ ਨਾ ਗੱਡੀ ਚੌਕ 'ਤੇ ਗਰਮ ਹੋਈ ਹੈ ਗਈ ਚੌਕ 'ਤੇ ਆ ਦੋ ਤਿੰਨ ਕਿਲੋਮੀਟਰ ਚੌਕ 'ਤੇ ਗਈ ਇਸ ਚੌਕ ਤੋਂ ਬਗੈਰ ਗਈ ਨਹੀਂ ਫਿਰ ਉਹਨੂੰ ਚੌਕ ਥੱਲੇ ਕੀਤੀ ਤਾਂ ਜਾਂ ਸਕੂਲ ਨਹੀਂ ਜਾਣੀ ਉਹ ਆ ਇੱਥੇ ਅਖਬਾਰ ਇਹਨੂੰ ਫੜੇ ਨਾ ਡਾਕਟਰ ਦੇ ਚਾਹ ਪਾਣਾ ਟੈਂਕੀਆਂ ਦੀ ਅੱਧੀ ਕਰਵਾਉਣੇ ਆ ਇਹਨੇ ਐਵੇਂ ਨਹੀਂ ਕੰਮ ਦੇਣਾ ਕੱਲ ਟੋਰ ਵਾਹ ਠੀਕ ਹੋਣੀ ਵਾਹ ਲੱਗੀ ਬੰਦ ਨਹੀਂ ਨਾ ਕਰਨਾ ਕੋਈ ਘੰਟੇ ਦੀ ਕਰਨੀ ਆ ਤੂੰ ਲਗਾ ਤੇਰਾ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਸਪੀਡ ਨਾ ਲਾ ਮੈਂ ਇੱਥੇ ਜਾਣੀ ਆ ਮਸ਼ੀਨ ਚੱਲ ਵੱਧ ਵੱਧ ਵੱਧ
ਡੇ ਉਸਤਾਦ ਇੱਥੇ ਕੈਮਰੇ 'ਚ ਧੁੰਦਲਾ ਨਜ਼ਰ ਆਉਣ ਡਿਆ ਤੇਰੀ ਬਰਸਤਾ ਹੁਆ ਪਾਣੀ ਦਰਿਆ ਕਾਰ ਕਰਨ ਡੀ ਥੱਲੋਂ ਖੁਰਜੀ ਖੋਲ ਚੁੱਕੀ ਹੋਈ ਹੈ ਤੇ ਖੁਰਜੀ ਥੱਲੇ ਕਰਨਾਤ ਦੀ ਚੁਗਣਾ ਤੇ ਚੁਗਦਾ ਨਹੀਂ ਉਹ ਥੱਲੇ ਲਮਕੀ ਰਹਿੰਦੀ ਹੈ ਖੁਜਰੇ ਹੁਣ ਫਿਰ ਕੀ ਕਰਨਾ ਜੀ ਵਿਆਹ ਦਾ ਮਹੀਨੇ ਤੀਕਣ ਦਾ ਹੋਣਾ ਕੋਣੀ ਰਿਸ਼ਤੇਦਾਰੀ ਹੁੰਦੀ ਕਿ ਯਾਰ ਬੰਦਾ ਆ ਉਹ ਜਾਂਦਾ ਨਾ ਕਿੰਨੇ ਰਿਸ਼ਤੇ ਆਏ ਪੈਣ ਆਪ ਗਏ ਅਸੀਂ ਮਨਾ ਕਰ ਦਿੰਦੇ
ਆਉਂਦੇ ਆ ਕਿ ਬੜੇ ਰੀਤੇ ਆਏ ਨੇ ਅਮੀ ਮੇਰੇ ਕਹਿੰਦੇ ਨਹੀਂ ਅਸੀਂ ਕਰ ਲਿਆ ਅਸੀਂ ਕੀਤਾ ਆ ਮੇਰੇ ਸਹੁਰੇ ਨੇ ਉਹ ਵੀ ਇਹ ਸਿਆਪਾ ਉਹ ਆਉਂਦੇ ਨੇ ਮੁੰਡੇ ਦਾ ਵਿਆਹ ਕਰਨਾ ਉਸ ਤੋਂ ਬਾਅਦ ਕੁਛ 5-6 ਮਹੀਨੇ ਠਹਿਰ ਕੇ ਫਿਰ ਕਰਾਂਗੇ ਅਸੀਂ ਨਾਲੇ ਕੁੜੀ ਪੜ੍ਹਦੀ ਵੀ ਉਹ ਮਾਂ ਮੇਰੀ ਹੁਣ ਗਈ ਹੈ ਗੱਲਬਾਤ ਕਰਨ ਦੇਖੋ ਕੀ ਬਣਦਾ ਆ ਕਿ ਉਹ ਕਹਿਣ ਨਾ ਲੇਟ 5-6 ਮਹੀਨਿਆਂ ਦੀ ਕਣੇ ਸੁੱਤੇ ਕਹਿਣ ਤਾਂ ਫਿਰ ਉਹਨਾਂ ਕੋਲ ਭਾਈ ਅਸੀਂ ਕੁਝ ਜਾਣਾ ਸਾਲ ਡੇਢ ਹੋ ਗਿਆ ਪਤਾ ਕੀ ਕਰਦੇ ਨੇ ਮੰਗਰ ਲਾਈ ਰੱਖਦੇ ਨੇ ਲਮਕਾਈ ਰੱਖਦੇ ਨੇ ਜਿਹਨੇ ਟਾਈਮ ਆਏ ਤਾਂ ਜਵਾਬ ਦੇ ਦੇ ਖਾ ਪੀ ਕੇ ਜਵਾਬ ਦੇ ਦਿੱਤਾ ਜਵਾਬ ਦੇ ਦਿੰਦੇ ਉਹ ਖਾਸ ਕਰਕੇ ਜਿਹੜੇ ਆਪਣੇ ਹੁੰਦੇ ਨਾ ਉਹ ਇੰਜ ਕਰਦੇ ਨੇ ਸਲੀਕਾ ਪੂਰਾ ਕੁੱਟਦੇ ਨੇ ਇਹਨਾਂ ਕੋਲ ਪਹਿਲੇ ਇਹਨਾਂ ਨੂੰ ਲਾਈਏ ਚੰਗੀ ਤਰ੍ਹਾਂ ਖਾ ਪੀ ਲਈਏ ਬਾਅਦ ਵਿੱਚ ਇਹਨਾਂ ਨੂੰ ਲਾਰਾ ਕੋਈ ਐਸਾ ਲਾਈਏ ਆਪੇ ਜਵਾਬ ਦੇ ਜਾਣਾ ਉਹ ਇੰਜ ਕਰਦੇ ਹੀ ਨਾ ਵੀ ਨਹੀਂ ਕੀਤੀ ਜਾਂਦੀ ਅਤੇ ਆਹ ਵੀ ਨਹੀਂ ਕੀਤੀ ਜਾਂਦੀ ਹੈਂ ਉਹ ਨਾ ਆਪੇ ਹੀ ਹੋ ਜਾਣੀ ਜਿਸ ਲੱਗਣਾ ਕਰਨਾ ਹੀ ਨਹੀਂ ਹੈਗਾ ਹੁਣ ਉਹ ਤੈਨੂੰ ਆਖਣ 5 ਸਾਲ ਖਲੋ ਜਾ ਉਹ ਸਿੱਧਾ ਜਵਾਬ ਹੀ ਹੈ ਨਾ ਸਾਲ ਤੱਕ ਅਗਲੇ ਕਹਿ ਦਿੰਦੇ ਅਗਲੇ ਜਵਾਬ ਦੇ ਜਾਂਦੇ ਲੰਮੀ ਗਈ ਉਹ ਨਾਨੇ ਦੇ ਕੋਲ ਉਹ ਮਸੇਰ ਜਿੰਨੀ ਦਿਨ ਮੈਂ ਗੱਲ ਕਰਨਾ ਉਹਨੂੰ ਕੈਂਸਰ ਹੈ ਉਹ ਉੱਥੇ ਆਈ ਨਨਕਾਣੇ ਦਵਾਈ ਲੈਣ ਅਤੇ ਉਹ ਵੀ ਨਾਨੇ ਵਾਲੇ ਬੈਠੀ ਸੀ ਅਤੇ ਅੰਮੀ ਨੇ ਉਹਨੂੰ ਪੁੱਛਿਆ ਹਾਂ ਕੀ ਹਾਲ ਚਾਲ ਹੀ ਬਣੇਵੀ ਹੈ ਉਹ ਭਾਈ ਟੁੱਟ ਕੇ ਪੈ ਗਈ ਕੋਈ ਸਾਡੀ ਮਾਸੀ ਨਹੀਂ ਕੋਈ ਸਾਡੇ ਨਾਨਕੇ ਨੇ ਮਰ ਖੱਪ ਗਏ ਨੇ ਸਾਡਾ ਤੁਹਾਡਾ ਕੋਈ ਲੈਣ ਦੇਣ ਨਹੀਂ ਹੈ ਕੋਈ ਕਾਹਦੇ ਕੀ ਸਾਕਣਾ ਤੂੰ ਮੈਨੂੰ ਬੁਲਾ ਰਹੀ ਮਾਂ ਮੇਰੀ ਕਿਹਾ ਦਫਾ ਨਹੀਂ ਤਾਂ ਨਾ ਸੀ ਸਾਨੂੰ ਕਾਹਦੀ ਸਿਰ ਪੀੜੇ ਮੈਂ ਇਹ ਕਿਹਾ ਸੀ ਕਿ ਚਲੋ ਸੁਣਿਆ ਅਤੇ ਮੈਂ ਤੇਰਾ ਚੇਚਾ ਪਤਾ ਲੈਣ ਜਾ ਰਹੀ ਸੀ ਠੀਕ ਹੈ ਅਤੇ ਤੂੰ ਮੈਨੂੰ ਇੱਧਰ ਮਿਲ ਗਈ ਮੈਂ ਕਿਹਾ ਚਲੋ ਇੱਥੇ ਬੁਲਾ ਲੈਂਦੇ ਉਹਨੂੰ ਤੂੰ ਇੱਥੇ ਨਹੀਂ ਬਖਸ਼ਦੀ ਵੀ ਤਾਂ ਘਰ ਮੈਂ ਗਈ ਤਾਂ ਫਿਰ ਤੂੰ ਕੀ ਆ ਮੇਰਾ ਦਫਾ ਵਾ ਮੇਰੇ ਵੱਲੋਂ ਮਰੋ ਆਪਣੀ ਜਿੰਨੀ ਜ਼ਿੰਦਗੀ ਹੈ ਨਾ ਅਸੀਂ ਨਹੀਂ ਕਿਸੇ ਨਾਲ ਪੂਰਾ ਕਰਨਾ ਸਾਡੇ ਨਾਲ ਭਾਵੇਂ ਕੋਈ ਕਰ ਲਵੇ ਕਿਉਂਕਿ ਅੱਲਾਹ ਦੇ ਹਜ਼ੂਰ ਪੇਸ਼ ਹੋਣਾ ਨਾ ਇਨਸਾਫੀ ਕਰਾਂਗੇ ਤਾਂ ਕੀ ਲੈ ਜਾਣਾ ਦੁਨੀਆਂ ਤੋਂ ਹਰ ਸ਼ਾਇਦ ਤੇ ਰਹਿ ਜਾਣੀ ਉਹਨਾਂ ਕੀ ਲੈ ਜਾਣਾ ਤਾਂ ਅਸੀਂ ਕੀ ਲੈ ਜਾਣਾ ਹੈ ਉਦਾਂ ਲੁੱਟਣ ਅੱਲਾਹ ਦੇਗਾ ਜਿਹੜੀ ਲਿਖੀ ਹੈ ਧੁੰਦ ਹੈਗੀ ਸੀ ਨਾਲੇ ਰਾਤੀ
ਆ ਪਿਛਲੇ ਉਵੇਂ ਹੀ ਖਲੋ ਗਏ ਨੇ, ਅਗਲਾ ਬੁੱਧ ਆਇਆ ਤੇ ਪਿਛਲੇ ਉਵੇਂ ਖਲੋ ਗਏ। ਆਪਣੀ ਸਾਈਡ ਰਹਿ
ननकाना साहब हम पहुंच चुके हैं। ये है ननकाना साहब। जी हाँ, मुकम्मल तारफ के साथ ये है ननकाना साहब की वो प्यारा कस्बा जो गुरु नानक साहब के पास में वाक़ है, गुरुद्वारा गुरु नानक। शादी हाल है, लगे हुए हैं उधर ही लगे हैं जहाँ पहले लगता है यार। तो ये है हमारे पास इधर जुमे को बकरा मंडी लगती है इधर, और ये काफ़ी किसान इधर खड़े हुए हैं अपने जानवर लेकर, गधे घोड़े भैंस बकरा गाय सब कुछ यहाँ पर मौजूद होता है। लो जी, कैमरे चो धुंधला नजर आन डे। खिलता है सना तेरी बरसता हुआ पानी दरिया रस्सी फुल टाइट है, सीटा इो कार करन दी है, थल्लू खुर्जी फुल चुकी हुई है, तो खुर्जी थल्ले करना दी चुकना तो चुकता नहीं हो, वो थल्ले लमकी रही खुजरी। हूँ फिर की करना जी ब्याह का महीने तिकन तो होना कौन ही।
ਰਾਹਤ ਹੀ ਹੁੰਦੀ, ਰਿਸ਼ਤੇਦਾਰੀ ਹੁੰਦੀ ਕਿ ਯਾਰ ਬੰਦਾ ਆ ਉਹ ਜਾਂਦਾ ਨਾ। ਲੇਟ ਪੰਜਾਂ ਛੀਆਂ ਮਹੀਨਿਆਂ ਦੀ ਕਣੇ ਸੁੱਤੇ ਕਰਨ ਤਾਂ ਫਿਰ ਉਹਨਾਂ ਕੋਈ ਭਾਈ ਅਸੀਂ ਕੋਈ ਜਾਣਾ ਸਾਲ ਡੇਢ ਹੋ ਗਿਆ। ਖਾਸ ਕਰਕੇ ਜਿਹੜੇ ਆਪਣੇ ਹੁੰਦੇ ਨਾ ਉਹ ਇੰਜ ਕਰਦੇ ਨੇ, ਸਰੀਕਾ ਪੂਰਾ ਕੁੱਟਦੇ ਨੇ ਕਿ ਇਹਨਾਂ ਕੋਲ ਪਹਿਲੇ ਇਹਨਾਂ ਨੂੰ ਲਾਈਏ ਚੰਗੀ ਤਰ੍ਹਾਂ, ਖਵਾ ਪੀ ਲਈਏ, ਬਾਅਦ ਵਿੱਚ ਇਹਨਾਂ ਨੂੰ ਲਾਰਾ ਕੋਈ ਐਸਾ ਲਾਈਏ ਆਪੇ ਜਵਾਬ ਦੇ ਜਾਣਾ। ਉਹ ਇੰਜ ਕਰਦੇ ਹੀ ਨਾ ਵੀ ਨਹੀਂ ਕੀਤੀ ਜਾਂਦੀ ਅਤੇ ਆਹ ਵੀ ਨਹੀਂ ਕੀਤੀ ਜਾਂਦੀ, ਹੈਂ ਉਹ ਨਾ ਆਪੇ ਹੀ ਹੋ ਜਾਣੀ ਜਿਸ ਲੱਗਣਾ ਕਰਨਾ ਹੀ ਨਹੀਂ ਹੈਗਾ। ਹੁਣ ਉਹ ਤੈਨੂੰ ਆਖਣ 5 ਸਾਲ ਖਲੋ ਜਾ, ਉਹ ਸਿੱਧਾ ਜਵਾਬ ਹੀ ਹੈ ਨਾ ਸਾਲ ਦੇ ਅਗਲੇ ਕਹਿ ਦਿੰਦੇ ਅਗਲੇ ਜਵਾਬ ਦੇ ਜਾਂਦੇ। ਹਾਂ ਕੱਲ੍ਹ ਲੰਮੀ ਗਈ ਉਹ ਨਾਨੇ ਦੇ ਕੋਲ, ਉਹ ਮਸੇਰ ਜਿੰਨੀ ਦਿਨ ਮੈਂ ਗੱਲ ਕਰਨਾ ਉਹਨੇ ਕੈਂਸਰ ਹੈ, ਉਹ ਉੱਥੇ ਆਈ ਨਨਕਾਣੇ ਦਵਾਈ ਲੈਣ ਅਤੇ ਉਹ ਵੀ ਨਾਨੇ ਵਾਲੇ ਬੈਠੀ ਸੀ ਅਤੇ ਅੰਮੀ ਨੇ ਉਹਨੂੰ ਪੁੱਛਿਆ ਹਾਂ ਕੀ ਹਾਲ ਚਾਲ ਹੀ ਬਨੇਰੀ ਹੈ, ਉਹ ਭਾਈ ਟੁੱਟ ਕੇ ਪੈ ਗਈ, ਕੋਈ ਸਾਡੀ ਮਾਸੀ ਨਹੀਂ, ਕੋਈ ਸਾਡੇ ਨਾਨਕੇ ਨੇ ਮਰ ਖੱਪ ਗਿਆ ਨੇ, ਸਾਡਾ ਤੁਹਾਡਾ ਕੋਈ ਲੈਣ ਦੇਣ ਨਹੀਂ ਹੈ, ਕੋਈ ਕਹਦੇ ਕਿਸ ਆਖਣਾ ਤੂੰ ਮੈਨੂੰ ਬੁਲਾ ਰਹੀ। ਮਾਂ ਮੇਰੀ ਕਿਹਾ ਦਫਾ ਉਹਨੇ ਨਾ ਸੀ ਸਾਨੂੰ ਕਹਦੀ ਸਿਰ ਪੀੜ। ਮੈਂ ਇਹੀ ਕਿਹਾ ਸੀ ਕਿ ਚਲੋ ਸੁਣਿਆ ਅਤੇ ਮੈਂ ਤੇਰਾ ਚੇਚਾ ਪਤਾ ਲੈਣ ਜਾ ਰਹੀ ਸੀ, ਠੀਕ ਹੈ ਅਤੇ ਤੂੰ ਮੈਨੂੰ ਇੱਧਰ ਮਿਲ ਗਈ, ਮੈਂ ਕਿਹਾ ਚਲੋ ਇੱਥੇ ਬੁਲਾ ਲੈਂਦੇ ਹਾਂ ਉਹਨੂੰ, ਤੂੰ ਇੱਥੇ ਨਹੀਂ ਬਖਸ਼ਦੀ ਵੀ ਤਾਂ ਘਰ ਮੈਂ ਗਈ ਤਾਂ ਫਿਰ ਤੂੰ ਕੀ ਆ ਮੇਰਾ ਦਫਾ ਵਾ ਮੇਰੇ ਵੱਲੋਂ ਮਰੋ ਦਫਾ ਮਰੋ। ਆਪਣੀ ਜਿੰਨੀ ਜ਼ਿੰਦਗੀ ਹੈ ਨਾ ਅਸੀਂ ਨਹੀਂ ਕਿਸੇ ਨਾਲ ਪੂਰਾ ਕਰਨਾ, ਸਾਡੇ ਨਾਲ ਭਾਵੇਂ ਕੋਈ ਕਰ ਲਵੇ ਕਿਉਂਕਿ ਅੱਲਾਹ ਦੇ ਹਜ਼ੂਰ ਪੇਸ਼ ਹੋਣਾ, ਨਾ ਇਨਸਾਫੀ ਕਰਾਂਗੇ ਤਾਂ ਕੀ ਲੈ ਜਾਣਾ ਦੁਨੀਆਂ ਤੋਂ, ਹਰ ਸ਼ਾਇਦ ਇੱਥੇ ਰਹਿ ਜਾਣੀ, ਉਹਨਾਂ ਕੀ ਲੈ ਜਾਣਾ ਤਾਂ ਅਸੀਂ ਕੀ ਲੈ ਜਾਣਾ, ਹੈ ਉਦਾਂ ਲੁੱਟਣ ਅੱਲਾਹ ਦੇਗਾ ਜਿਹੜੀ ਲਿਖੀ ਹੈ।
ਹੈ ਚੜ੍ਹ ਕੇ ਹੈਗੀ ਸੀ ਨਾਲੇ ਰਾਤੀ ਆ ਪਿਛਲੇ ਉਵੇਂ ਹੀ ਖਲੋ ਗਏ ਨੇ ਅਗਲਾ ਬੁੱਧ ਆਇਆ ਤੇ ਪਿਛਲੇ ਉਵੇਂ ਖਲੋ ਗਏ ਆਪਣੀ ਸਾਈਡ ਰਹਿ
ननकाना साहब हम पहुंच चुके हैं। ये है ननकाना साहब। जी हाँ, मुकम्मल तारफ के साथ, ये है ननकाना साहब की वो प्यारा कस्बा जो गुरु नानक साहब के पास भी वाक़ है, गुरुद्वारा गुरु नानक। शादी हाल है, पास इधर जुमे को बकरा मंडी लगती है इधर, और ये काफ़ी किसान इधर खड़े हुए हैं अपने जानवर लेकर, गधे घोड़े भैंस बकरा गाय सब कुछ यहाँ पर मौजूद होता है। लो जी,